ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨਆਰਆਈ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ। ਇੱਕ ਕਹਾਵਤ ਤੁਸੀਂ ਸਾਰਿਆਂ ਨੇ ਸੁਣੀ ਹੋਈ ਹੈ ਕਿ ਜਿਹੜੇ ਇੱਕ ਮਾਂ ਹੈ ਉਹ ਆਪਣੇ ਚਾਰ ਬੱਚਿਆਂ ਨੂੰ ਸਾਂਭ ਸਕਦੀ ਹੈ ਪਰ ਜਿਹੜੇ ਚਾਰ ਬੱਚੇ ਨੇ ਉਹ ਕਈ ਵਾਰ ਮਾਂ ਨੂੰ ਨਹੀਂ ਸਾਂਭ ਪਾਉਂਦੇ, ਮਾਂ ਹੀ ਬੋਝ ਲੱਗਣ ਲੱਗ ਪੈਂਦੀ ਹੈ। ਅਜਿਹੀ ਖਬਰ ਸਾਨੂੰ ਦੇਖਣ ਨੂੰ ਮਿਲੀ ਸੀ 25 ਤਰੀਕ ਨੂੰ ਜਿਸ ਦੇ ਵਿੱਚ ਹਾਈਵੇ ਤੇ ਇੱਕ ਮਾਂ ਨੂੰ ਸੁੱਟਿਆ ਗਿਆ ਸੀ। ਮਾਂ ਦਾ ਕਹਿਣਾ ਸੀ ਕਿ ਉਸਦੇ ਬੱਚਿਆਂ ਵੱਲੋਂ ਹੀ ਉਸਨੂੰ ਹਾਈਵੇ ਤੇ ਸੁੱਟਿਆ ਗਿਆ। ਜਦੋਂ ਸਾਡੀ ਟੀਮ ਜਾਂਚ ਦੇ ਲਈ ਪਹੁੰਚੀ ਅਪ ਉਸਦੇ ਪਰਿਵਾਰ ਦੇ ਕੋਲ ਪਹੁੰਚੀ ਤੇ ਪਰਿਵਾਰ ਨੇ ਕੁਝ ਹੋਰ ਹੀ ਇਲਜ਼ਾਮ ਲਗਾਏ। ਪੁੱਤਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜਿਹੜੀ ਮਾਂ ਹੈ ਉਹਨਾਂ ਦੇ ਨਾਲ ਨਜਾਇਜ਼ ਕਰਦੀ ਹੈ, ਉਹਨਾਂ ਨੂੰ ਕੁੱਟਦੀ ਮਾਰਦੀ ਹੈ, ਉਹਨਾਂ ਦੇ ਉੱਪਰ ਇੱਟੇ ਚਲਾਉਂਦੀ ਹੈ ਜਿਸ ਦੇ ਕਾਰਨ ਇਹ ਸਾਰੀ ਘਟਨਾ ਵਾਪਰੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਹਾਈਵੇ ਤੇ ਸੁੱਟਿਆ ਵੀ ਨਹੀਂ ਹੈ। ਸਭ ਤੋਂ ਪਹਿਲਾਂ ਦੇਖੋ ਕਿ ਜਿਸ ਮਾਂ ਦੇ ਨਾਲ ਇਹ ਕੁਝ ਹੋਇਆ ਹੈ ਉਸ ਮਾਂ ਦਾ ਕੀ ਕਹਿਣਾ ਹੈ, ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਆਖਿਰਕਾਰ ਪੁੱਤਾਂ ਅਤੇ ਨੂੰਹਾਂ ਨੇ ਕੈਮਰੇ ਦੇ ਅੱਗੇ ਆ ਕੇ ਕੀ ਕਿਹਾ। ਮਾਤਾ ਕੀ ਨਾਮ ਹੈ ਤੁਹਾਡਾ? ਕਲਪਨਾ। ਹੈ ਕਲਪਨਾ। ਕੀ ਹੋਇਆ ਸੀ ਰਾਤ ਤੁਹਾਡੇ ਨਾਲ, ਕੀ ਗੱਲਬਾਤ ਹੋਈ? ਰਾਤ ਨਹੀਂ ਬਿੱਟਾ, ਹਜੇ ਹਫ਼ਤਾ ਹੋ ਗਿਆ। ਹੈ ਹਫ਼ਤਾ ਹੋ ਗਿਆ ਮਾਰਦੇ ਕੁੱਟਦੇ ਨੂੰ ਇਹਨਾਂ ਨੇ, ਮੁੰਡਿਆਂ ਨੂੰ ਬਹੂ ਨੇ। ਕਿਹਨੇ ਕਿਹਨੇ ਕੁੱਟਿਆ? ਬਹੁਤ ਹੀ, ਦੋ ਕੁੜੀਆਂ ਤੀਆਂ ਉਹਦੀਆਂ। ਕੁੜੀਆਂ ਨੇ ਵੀ ਕੁੱਟਿਆ? ਕੁੜੀਆਂ ਨੇ ਤਾਂ ਲੱਤਾਂ ਮਾਰੀਆਂ ਮੇਰੇ, ਲੱਤਾਂ ਮਾਰੀਆਂ। ਮੁੰਡੇ ਨੇ ਵੀ? ਮੁੰਡਾ ਤਾਂ ਬੋਲਿਆ ਨਹੀਂ ਹੈਗਾ, ਕਹਿੰਦਾ ਜੋ ਮਰਜ਼ੀ ਕਰੋ ਇਹਦੇ ਨਾਲ, ਕਹਿੰਦਾ। ਅੱਛਾ, ਜੋ ਮਰਜ਼ੀ ਕਰੋ ਇਹਦੇ ਨਾਲ। ਬੜਾ ਮੁੰਡਾ? ਬੜਾ ਮੁੰਡਾ। ਕਿਆ ਕੰਮ ਕਰਦਾ, ਕਿਆ ਨਾਮ ਉਹਦਾ? ਰਾਜੂ। ਕਿਆ ਕੰਮ ਕਰਦਾ? ਪੱਠੇ ਪਾ ਕੰਮ, ਆਪਣੇ ਟਰਾਲੀ ਦਾ ਕੰਮ ਕਰਦਾ। ਕਿੱਥੇ ਕਰਦਾ ਪੱਠੇ ਪਾ? ਉਹਦੇ ਅਮਰਜੀਤ ਕਹੇ, ਉਹਦੇ ਦੋ ਡੁੰਗੜੀ 'ਚ। ਅੱਛਾ, ਅਮਰਜੀਤ ਦੇ ਪੱਠੇ ਦੇ। ਹਾਂਜੀ। ਅੱਛਾ ਅੱਛਾ, ਜਿਹੜਾ ਲੀਡਰ ਆ? ਹਾਂਜੀ। ਅੱਛਾ, ਅਤੇ ਫਿਰ ਇੱਕ ਹਫ਼ਤੇ ਤੋਂ ਤੁਹਾਡੇ ਨਾਲ ਕੁੱਟਮਾਰ ਕਰ ਰਹੇ? ਹਾਂ, ਇੱਕ ਹਫ਼ਤਾ ਹੋ ਗਿਆ ਬੇਟਾ ਮੇਰੇ ਨਾਲ ਕਰਦੇ ਨੂੰ। ਕਿਉਂ ਕੁੱਟਮਾਰ ਕਰਦੇ? ਕਾਹਤੋਂ ਕਰਦੇ? ਕਰਦੇ ਆ ਕਹਿੰਦੇ, ਇਹਨੂੰ ਕਰਦੇ ਕਰਦੇ ਉਹ ਕਹਿੰਦੇ ਜਗ੍ਹਾ ਪਾਣੀਆਂ ਸੀ। ਜਗ੍ਹਾ ਪਾਣੀਆਂ? ਅੱਛਾ, ਇੱਥੇ ਕੱਢ ਰਹੇ ਜਗ੍ਹਾ ਚੁੱਕਣ ਨੂੰ? ਹਾਂਜੀ। ਤੁਸੀਂ ਰਹਿੰਦੇ ਕਿੱਥੇ ਆ? ਉਹਦੇ ਨਰਸਰੀ ਦੇ ਨਾਲ ਹੀ ਆ ਘਰ ਸਾਡਾ। ਡੁਕਰੀ? ਹਾਂਜੀ। ਅੱਛਾ, ਨਰਸਰੀ 'ਚ ਰਹਿੰਦੇ ਆ? ਉਹ ਜਗ੍ਹਾ ਤੁਹਾਡੀ ਆਪਣੀ ਆ? ਹਾਂ, ਆਪਣੀ ਆ। ਤੁਹਾਨੂੰ ਕੱਢਣਾ ਚਾਹੁੰਦੇ ਉੱਥੇ? ਮੈਨੂੰ ਕੱਢਣਾ ਚਾਹੁੰਦੇ ਆ। ਅਤੇ ਰਾਤ ਫਿਰ ਜਿਹੜਾ ਸਿਰ ਆ ਤੁਹਾਡਾ, ਸਿਰ ਫਟਿਆ ਕਿੱਦਾਂ ਫਟਿਆ? ਇਹਨਾਂ ਨੇ ਡੰਡੇ ਮਾਰੇ, ਕੜੀ ਸਕਫੇ ਉਰੇ ਰੋਡ 'ਤੇ ਘੇਰ ਗਏ ਆ। ਅੱਛਾ, ਰੋਡ 'ਤੇ ਕਿੱਦਾਂ ਲਿਆਏ? ਖਿੱਚ ਕੇ ਵੀ ਉੱਤਰੀ ਫੜ ਕੇ ਲਿਆਏ, ਵੀ ਕਹਿੰਦਾ ਚੱਲ ਤੈਨੂੰ ਦਵਾਈ ਕਰਾ ਕੇ ਲਿਆਉਂਦੇ ਆ, ਫਿਰ ਉੱਥੇ ਹੀ ਛੱਡ ਗਏ ਰੋਡ 'ਤੇ। ਅੱਛਾ, ਦਵਾਈ ਦਾ ਕਹਿ ਕੇ ਰੋਡ 'ਤੇ ਛੱਡ ਗਏ? ਰੋਡ 'ਤੇ ਛੱਡ ਗਏ ਮੈਨੂੰ। ਫਿਰ ਉੱਥੇ ਬੇਹੋਸ਼ ਪਈ ਸੀ ਮੈਨੂੰ ਸੋਚ। ਆਹ ਬਾਹ 'ਤੇ ਕਿਆ ਮਾਰਿਆ ਤੁਸੀਂ? ਇਹਨਾਂ ਨੇ ਡੰਡਾ ਮਾਰਿਆ। ਡੰਡਾ? ਡੰਡਾ ਮਾਰਿਆ। ਅਤੇ ਰੋਟੀ ਰੁਟੀ ਦਿੰਦੇ ਸੀ? ਕੋਈ ਵੀ ਨਹੀਂ ਦਿੰਦਾ। ਕੁੜੀ ਹੈਗੀ ਆ, ਉਹ ਵਿਧਵਾ ਹੋਈ ਹੋਈ ਆ, ਦੋ ਬੱਚੇ ਆ ਉਹਦੇ ਕੋਲ, ਉਹ ਆ ਉਹਦੇ ਕੋਲ, ਤੀ ਮੈਂ ਇਹ ਰੋਟੀ ਨਹੀਂ ਦਿੰਦਾ। ਉਹ ਕਿੱਥੇ ਰਹਿੰਦੀ ਕੁੜੀ? ਸਾਡੇ ਕੋਲ ਹੀ ਉਹਦੇ। ਸਾਡੇ ਕੋਲ ਹੀ ਰਹਿੰਦੀ ਉਹਦੀ ਬੀਬੀ ਦਾ ਕੁੜੀ? ਹਾਂ। ਤੇ ਗੁਜ਼ਾਰਾ ਕਿੱਦਾਂ ਚੱਲਦਾ ਸੀ ਘਰ ਦਾ? ਉਹ ਕੰਮ ਤੇ ਲੱਗੀ ਹੋਈ ਆ ਫੈਕਟਰੀ 'ਚ ਉਹ ਕੁੜੀ। ਹਾਂਜੀ। ਤੁਹਾਨੂੰ ਪੈਨਸ਼ਨ ਪੁਨਸ਼ਨ ਕੋਈ? ਪੈਨਸ਼ਨ ਮਿਲ ਜਾਂਦੀ ਆ, 600-500 ਮਿਲ ਜਾਂਦੀ ਆ ਮਹੀਨੇ 'ਚ, ਕਦੇ ਦੋ ਬੁਢਾਪਾ ਪੈਨਸ਼ਨ। ਹਾਂ, ਮੇਰੀ ਦਵਾਈ ਦਵੂਈ ਤੇ ਲੱਗ ਜਾਂਦੇ ਆ, ਬਸ ਬੇਟਾ ਖਰਚਾ ਖੁਰਚਾ ਹੋਈ ਕੁੜੀ 'ਚ ਲਾਉਂਦੀ ਹੈ। 18-19 ਸਾਲ ਹੋ ਗਏ ਘਰਦਿਆਂ ਨੂੰ ਮਰਿਆ ਨਹੀਂ, ਇਹ ਤਾਂ ਪਾਣੀ ਕਾ ਵੀ ਨਹੀਂ ਪੁੱਛਦੇ ਹੈਗੇ। ਉਰੇ ਕੌਣ ਲੈ ਕੇ ਆ ਰਾਤ ਨੂੰ ਹਸਪਤਾਲ? ਰਾਤ ਅਲੀਪੁਰ ਦਾ ਸਰਪੰਚ ਦਾ ਵਿਚਾਰਾ, ਫਿਰ ਉਹਨਾਂ ਨੇ ਫੋਨ ਫਾਨ ਕਰਿਆ, ਰੋਡ 'ਚ ਪਈ ਤੀ ਨਾ, ਉਹ ਫਿਰ ਉਹਨਾਂ ਨੇ ਫੋਨ ਕਰਿਆ ਹੈਗਾ, ਫਿਰ ਆਹ ਗੱਡੀ 'ਤੇ ਲੈ ਕੇ ਆਏ। ਹੁਣ ਕੀ ਚਾਹੁੰਦੇ ਤੁਸੀਂ, ਕੀ ਹੋਣਾ ਚਾਹੀਦਾ? ਮੈਂ ਇਹਨਾਂ ਨੂੰ ਯਾ ਤੋਂ ਬੇਦਖਲਾ ਲਿਖਾ ਦਿਓ, ਨਹੀਂ ਇਸਕਾ ਜੇਲ੍ਹ ਕਰਾ ਦਿਓ। ਮੈਨੂੰ ਕਿੰਨਾ ਬਹੁਤ ਮਾਰਿਆ ਬੇਟਾ ਮੇਰੇ, ਹੰਡੀਆਂ ਤੋੜੀ ਪਈ। ਤੁਸੀਂ ਚਾਹੁੰਦੇ ਵੀ ਜਿਹੜਾ ਤੁਹਾਡੇ ਨਾਲ ਕੁੱਟਮਾਰ ਕਰੀ ਉਹਦੇ 'ਤੇ ਪੁਲਿਸ ਕਾਰਵਾਈ ਹੋਵੇ? ਹਾਂ, ਹੋਵੇ। ਮੈਂ ਇਹੀ ਚਾਹੁੰਦੀ ਹਾਂ, ਇਸ ਨੂੰ ਕੋਈ ਸਜ਼ਾ ਮਿਲਣੀ ਚਾਹੀਦੀ ਹੈ। ਅਤੇ ਰਾਤ ਦਾ ਤੁਹਾਨੂੰ ਕੋਈ ਡਾਕਟਰ ਡੁਕਟਰ ਨੇ ਚੈੱਕ ਕਰਿਆ, ਕੋਈ ਦਵਾਈ ਕੁੱਟੀ ਮਿਲੀ? ਨਹੀਂ, ਇੱਕ ਟੀਕਾ ਲਾਇਆ ਤਾਂ ਬਸ ਬੇਟਾ। ਡਾਕਟਰ ਨੇ ਕੋਈ ਆਇਆ ਚੈੱਕ ਕਰਨ? ਨਾ। ਕੋਈ ਦਵਾਈ ਕੁੱਟੀ ਨੇ? ਨਹੀਂ, ਕੁਛ ਵੀ ਨਹੀਂ ਲਿਆ। ਕੋਈ ਟੀਕਾ ਟੁਕਾ ਲਾਇਆ ਕਿਸੇ ਨੇ? ਨਾ। ਅੱਛਾ, ਇੱਕ ਲਾਇਆ ਨਹੀਂ। ਨੂੰ ਕੁਝ ਦਿੱਤਾ ਕਿਸੇ ਨੇ ਕੁਝ? ਹਾਂ, ਸਵੇਰੇ ਲਿਆ ਤਾਂ ਬੰਦਾ ਮੇਰੇ ਤੇ ਲੈ ਜਾ। ਸੋ ਤੁਸੀਂ ਦੇਖਿਆ ਕਿ ਮਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚਿਆਂ ਵੱਲੋਂ ਹੀ ਉਹਨਾਂ ਦੇ ਨਾਲ ਇਹ ਸਭ ਕੁਝ ਕੀਤਾ ਜਾ ਰਿਹਾ, ਪਰ ਦੂਸਰੇ ਪਾਸੇ ਜਿਹੜੇ ਪੁੱਤ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਮਾਂ ਦੀ ਹੀ ਗਲਤੀ ਹੈ, ਉਹਨਾਂ ਦੀ ਮਾਂ ਵੱਲੋਂ ਹੀ ਜੋ ਹੈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ। ਸੋ ਪੁੱਤਾਂ ਨੇ ਕੈਮਰੇ ਅੱਗੇ ਆ ਕੇ ਕੀ ਕਿਹਾ, ਨੂੰਹਾਂ ਨੇ ਕਿਹੜੇ ਖੁਲਾਸੇ ਕੀਤੇ ਨੇ, ਕਿਹੜੇ ਸਬੂਤ ਦਿਖਾਏ ਨੇ, ਉਹ ਦੇਖਦੇ ਹਾਂ। ਮਾਰ 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 ਮਾਰ
पहले इहदा इस टाइम पुलिस चौंकी तो पहले दोपहर नूं ही आई हैगी है। साडे भाई नाल उत्थे पहले गलबात हुई है, उत्थे लेके आ गए घरे वापस आ गए तीन चार। असीं तां इहनां दे बाद च असीं तां चौंकी पुलिस थाने विच ही बंद सी। इह छोटा भाई साडा इहनां नूं लै के इहनां नूं आ गए घरे। ਇਹ ਬਾਅਦ 'ਚ ਪਤਾ ਨਹੀਂ ਉਹਦਾ ਕਹਿੰਦੇ ਬੀਬੀ ਕੁਛ ਘੱਟ ਵੱਧ ਗਿਆ। ਇਹ ਛੋਟਾ ਭਾਈ ਸਾਡਾ ਉਹਨੂੰ ਜਾ ਕੇ ਮੋਟਰਸਾਈਕਲ 'ਤੇ ਬਿਠਾ ਕੇ ਅਤੇ ਉਹ ਅਤੇ ਉਹਦੀ ਪਤਨੀ ਦੋਨੇ ਉਹਨੂੰ ਗੱਬੇ ਬਿਠਾ ਕੇ ਲੈ ਕੇ ਦਵਾਈ ਲੈਣ ਜਾਣ ਕੇ ਇਹਨੇ ਜਾਂਦੇ ਜਾਂਦੇ ਮੋਟਰਸਾਈਕਲ 'ਤੇ ਛਾਲ ਮਾਰੀ ਰਸਤੇ ਦੇ ਵਿੱਚ ਉੱਥੇ। ਅੱਛਾ, ਇਹਨੇ ਛਾਲ ਮਾਰੀ ਮੋਟਰਸਾਈਕਲ 'ਤੇ ਅਤੇ ਇਹਦੇ ਸੱਟਾਂ ਵੱਜੀਆਂ। ਫਿਰ ਜਾ ਕੇ ਟਾਂਕੇ ਟੂੰਕੇ ਦੇ ਰੋਪੜੋਂ ਲਵਾ ਕੇ ਲਿਆਇਆ ਹਸਪਤਾਲ ਦੇ ਵਿੱਚੋਂ ਅਤੇ ਦਵਾਈ ਦਵੂਈ ਕਰਾ ਕੇ ਲਿਆਏ ਨੂੰ ਦੁਪਹਿਰ ਨੂੰ ਪਤਾ ਨਹੀਂ ਕਿਹੜੇ ਟਾਈਮ ਲੈ ਗਿਆ ਉਹ ਮੈਨੂੰ ਵੀ ਨਹੀਂ ਪਤਾ ਹੈਗਾ ਕਿਉਂਕਿ ਨੇਰੋ ਬੜੇ ਨਹੀਂ ਮੈਨੂੰ। ਮੈਂ ਆਪਣੇ ਕਮਰੇ 'ਚ ਬੰਦ ਸੀ, ਆਪਣੇ ਕਮਰੇ ਸਾਡੇ ਕੁੰਡਾ ਲਾ ਲੈਂਦੇ ਛੋਟਾ ਕਮਰਾ ਸਾਡੇ, ਅਸੀਂ ਉਹਦੇ ਵਿੱਚ ਬੱਚੇ ਨੂੰ ਆਪਣੇ ਰੱਖ ਕੇ ਅਸੀਂ ਅੰਦਰ ਕੁੰਡਾ ਲਾ ਲੈਂਦੇ ਜੀ। ਬਾਕੀ ਸਾਨੂੰ ਇਹ ਨਹੀਂ ਪਤਾ ਸਾਡਾ ਛੋਟਾ ਭਾਈ ਵੀ ਕਿਸ ਟਾਈਮ ਇਹਨੂੰ ਲੈ ਕੇ ਆਇਆ ਕਦੋਂ ਨਹੀਂ ਲੈ ਕੇ ਆਇਆ। ਅਸੀਂ ਆਪਣਾ ਕੁੰਡਾ ਲਾ ਰਹੇ, ਸਾਡਾ ਕਮਰਾ ਇੱਧਰ ਇੱਕ ਸਾਈਡ 'ਤੇ ਹੀ ਪੈਂਦਾ ਜੀ। ਅਸੀਂ ਆਪਣਾ ਉਹਦੇ 'ਚ ਆਪਣਾ ਬੈਠੇ ਰਹਿੰਦੇ, ਆਪਣਾ ਸਾਰੇ ਬੱਚੇ ਬਣਾਉਣਾ ਟੀ ਵੀ ਚਲਾ ਕੇ ਬਣਾਉਂਦੇ ਬੰਦੇ ਵੀ ਸਾਨੂੰ ਪਤਾ ਵੀ ਇਹ ਬੋਲੂਗੇ। ਅਸੀਂ ਡਰ ਕੇ ਅਸੀਂ ਆਪ ਕੱਲ੍ਹ ਖੁਦ ਆਪਣਾ ਬੋਲ ਸਾਲੇ ਸਾਨੂੰ ਸਗੋਂ ਦੇ ਕਿਹਾ ਕਿ ਨੰਬਰ ਲਿਖਾ ਕੇ ਗਏ ਆਪਣਾ ਵੀ ਜੇ ਕੋਈ ਗੱਲਬਾਤ ਕਰੂ ਤੁਸੀਂ ਸਾਨੂੰ ਫੋਨ ਕਰ ਦਿਓ ਜੀ। ਅਸੀਂ ਸਗੋਂ ਪੁਲਿਸ ਵਾਲੇ ਦਾ ਨੰਬਰ ਲਿਖ ਕੇ ਆਪਣੇ ਘਰ 'ਚ ਰੱਖ ਲਿਆ ਜੀ। ਠੀਕ ਹੈ ਜੀ, ਮੈਂ ਕੋਈ ਗੱਲਬਾਤ ਕਰੂੰਗਾ ਅਸੀਂ ਫੋਨ ਜਦੇ ਕਰ ਦਿਓ ਮਾਰੇ ਸਾਨੂੰ। ਅਸੀਂ ਡਰ ਕੇ ਆਪਣਾ ਚੁੱਪ ਕਰਕੇ ਅੰਦਰ ਪੈ ਗਏ ਜੀ। ਬਾਕੀ ਸਾਡਾ ਛੋਟਾ ਭਾਈ ਵੀ ਪੈ ਗਿਆ, ਉਹ ਵੀ ਆਪਣਾ ਬਾਕੀ ਇੱਕ ਦਰਵਾਜ਼ਾ ਸਾਡਾ ਪਿਛਲੀ ਬੈਕ ਸਾਈਡ ਉੱਧਰ ਹੀ ਹੈਗਾ ਜੀ ਜਿਹੜੀ ਮਾਤਾ ਇੱਥੇ ਸਾਡੇ ਰਹਿੰਦੀ ਹੈ। ਬਾਕੀ ਅਸੀਂ ਤਾਂ ਉੱਧਰ ਜਾਂਦੇ ਨਹੀਂ, ਅਸੀਂ ਤਾਂ ਇੰਨੀ ਦੂਰ ਸਾਡਾ ਹੈਗਾ ਚਾਦਰਾ ਪਾਈ ਵੀ ਆਈ ਅਤੇ ਅੱਗੇ ਤਾਂ ਅਸੀਂ ਪੈਰ ਪੜਦੇ ਨਹੀਂ ਪਰੇ ਨੂੰ ਜੀ। ਓਕੇ, ਅਸੀਂ ਇੱਧਰ ਹੀ ਉੱਧਰ ਰਹਿੰਦੇ ਮਹਾਰਾਜ। ਅਤੇ ਮਾਤਾ ਕਹਿੰਦੀ ਇੱਕ ਹਫ਼ਤੇ ਤੋਂ ਉਹਦੇ ਨਾਲ ਧੱਕਾ ਹੋ ਰਿਹਾ ਅਤੇ ਉਹ ਸਾਡੀ ਕੁੱਟਮਾਰ ਕਰਕੇ ਉਹ ਕਹਿੰਦੀ ਮੇਰਾ ਪਲਾਟ ਹੈਗਾ ਕੋਈ ਜਿਹੜਾ ਹੈਗਾ ਉਹ ਚਾਹੁੰਦਾ ਕਿ ਮੈਂ ਪਲਾਟ ਦੱਬ ਲਵਾਂ, ਇਹ ਕਹਿ ਰਹੀ ਹੈ ਮਾਤਾ। ਨਹੀਂ ਮਹਾਰਾਜ, ਅਸੀਂ ਦੋ ਭਾਈ ਹੈਗੇ, ਛੋਟੇ ਭਾਈ ਦਾ ਬਣਿਆ ਪਿਆ ਜੀ ਮੇਰੇ, ਇਹਦੇ ਨਾਲ ਚਾਰ ਮਰਲੇ ਦਾ ਪਲਾਟ ਮੇਰਾ ਹੈਗਾ ਜੀ, ਉਹ ਮੇਰੇ ਨਾਮ 'ਤੇ ਹੈਗਾ। ਇੱਕ ਤੀਆ ਪਲਾਟ ਹੋਰ ਹੈਗਾ ਜੀ, ਉਹਦੇ 'ਚ ਅਸੀਂ ਪੰਜ ਹੈਗੇ ਸਾਂਝੇਦਾਰ। ਉਹ ਸਾਡੀ ਮਾਤਾ ਦਾ ਨਾਮ ਵੀ ਹੈਗਾ, ਸਾਡੀ ਦੋ ਕੁੜੀਆਂ ਦਾ, ਸਾਡੇ ਦੋਨੇ ਭਾਈਆਂ ਦਾ। ਹੁਣ ਜਿਹੜਾ ਮੇਰਾ ਪਲਾਟ, ਹੁਣ ਮੰਨ ਲਓ ਮੇਰੇ ਤਾਂ ਕੁੜੀਆਂ ਜਵਾਨ ਹੋ ਗਈਆਂ, ਮੈਂ ਤਾਂ ਆਪਣਾ ਘਰ ਬਣਾਉਣਾ ਜੀ। ਮੈਂ ਇਹਨਾਂ ਕਦਾਂ ਥਾਂ ਪੁਲਿਸ ਨੇ ਵੀ ਅੱਜ ਸਾਲ ਹੋ ਗਿਆ ਜੀ, ਪੁਲਿਸ ਨੇ ਟਾਈਮ ਚਲਾ 6 ਮਹੀਨੇ ਦਾ, 6 ਮਹੀਨੇ ਦਾ ਬਾਅਦ ਇਹਨਾਂ ਸਾਲ ਹੋ ਗਿਆ। ਇਹਨਾਂ ਨੇ ਕੋਈ ਰਾਹ ਨਹੀਂ ਦਿੱਤਾ ਮਾਰੇ। ਹੁਣ ਮੈਂ ਇੱਟਾਂ ਉੱਟਾਂ ਵੀ ਲਿਆ ਕੇ ਰੱਖੀ, ਮੈਂ ਆਪਣਾ ਘਰ ਪਾਉਣਾ ਜਿੱਦਣ ਦੇ ਇੱਟ ਲੈ ਕੇ ਆਇਆ ਵਾ ਉੱਦਣ ਦਾ ਸਮਝੋ ਸਾਡੀ ਮਾਤਾ ਜੀ ਨੇ ਕਰੇਸ਼ ਕੀਤਾ ਵਾ। ਅੱਜ ਹਫ਼ਤਾ ਹੋ ਗਿਆ ਮੈਨੂੰ ਇੱਟ ਲਿਆ ਨੂੰ, ਹਫ਼ਤਾ ਕੁ ਹੋ ਗਿਆ ਮੈਨੂੰ ਇੱਟ ਲਿਆ ਨੂੰ, ਹਫ਼ਤਾ ਝਗੜਾ ਇਸੇ ਗੱਲ ਤਾਂ ਨਹੀਂ ਵੀ ਤੁਸੀਂ ਮਾਤਾ ਦਾ ਘਰ ਢਾਣਾ ਚਾਹੁੰਦੇ, ਆਪਣਾ ਬਣਾਉਣਾ ਚਾਹੁੰਦੇ, ਇਸ ਕਰਕੇ ਮਾਤਾ ਦੁਖੀ ਹੈ, ਇਸ ਕਰਕੇ ਲੜਾਈ ਝਗੜਾ ਹੁੰਦਾ ਹੈ। ਮਾਤਾ ਜੀ ਉਹ ਸਾਨੂੰ ਨਹੀਂ ਪਤਾ ਉਸ ਗੱਲ ਦਾ ਜੀ, ਬਈ ਦੁਖੀ ਹੈ ਕਿਹੜੀ, ਇੰਨਾ ਕਮਰਾ ਤਾਂ ਉਹਦਾ, ਜਿੰਨੇ ਕਿ ਅਸੀਂ ਰਹਿ ਰਹੇ ਉਹਦੇ ਨਾਲ ਤਾਂ ਵੱਧ ਉਹਦੇ ਦੁੱਗਾਂ ਤਿੱਗਾਂ ਉਹਦੇ ਕੋਲ ਜਗ੍ਹਾ ਪਈ ਆ। ਨਹੀਂ ਤੁਸੀਂ ਕਹਿੰਦੇ ਉਹਦਾ ਘਰ ਤਾਂ ਤੁਹਾਡੀ ਜਗ੍ਹਾ ਦੇ ਵਿੱਚ ਘਰ ਆਉਂਦਾ, ਉਹਦਾ ਤੁਸੀਂ ਉਹਦਾ ਢਾਣਾ ਹੈ ਘਰ ਅਤੇ ਉਸ ਬਣਾ ਕੇ ਦਿਓਗੇ ਤੁਸੀਂ? ਉਹ ਤਾਂ ਮਾਰੇ ਉਹਦੇ ਵਾਸਤੇ ਇਕੱਲੀ ਵਾਸਤੇ ਹੀ ਬਣਾ ਕੇ ਦੇਵਾਂਗੇ, ਜੇ ਕਹੇ ਸਾਡੀ ਭੈਣ ਹੈਗੀ, ਭੈਣ ਆਪਣੀ ਆਪਣਾ ਹਿਲਾਪ ਕਰੇਗੀ। ਅਸੀਂ ਆਪਣੀ ਮਾਤਾ ਜਿੱਦਾਂ ਅਸੀਂ ਜਿੱਦਾਂ ਸਾਡੇ ਕੋਲ ਹੈਗਾ ਚਾਦਰਾਂ ਪਾ ਕੇ ਅਸੀਂ ਰਹਿ ਰਹੇ, ਇੱਦਾਂ ਤਾਂ ਅਸੀਂ ਪਾ ਕੇ ਦੇ ਸਕਦੇ, ਜੇ ਕਹੇ ਸਾਡੇ ਕੋਲ ਲੈਂਟਰ ਪਾ ਕੇ ਲੈਂਟਰ ਪਾ ਕੇ, ਨਾ ਸਾਡੇ ਕੋਲ ਆਪਣਾ ਹੈਗਾ ਨਾ ਅਸੀਂ ਲੈਂਟਰ ਪਾ ਕੇ ਦੇ ਸਕਦੇ ਜੀ, ਇੰਨੇ ਜੋਗੇ ਸਾਡੀ ਔਕਾਤ ਨਹੀਂ ਹੈਗੀ ਆ। ਕਿਉਂਕਿ ਦਿਹਾੜੀ ਆਪਾਂ ਕਰਦੇ, ਹੁਣ ਮੈਂ ਤਾਂ ਆਪ ਚਾਦਰਾਂ ਪਾ ਕੇ ਆਪਣਾ ਟਾਈਮ ਪਾਸ ਕਰ ਰਹੀ, ਆਏਗਾ ਗਾਡਰ ਵਾਲੇ ਵਾਲਾ ਸਾਰਾ ਚਾਹੁੰਦਾ ਜੀ ਮੇਰਾ ਕਮਰਾ, ਮੈਂ ਉਹਦੇ ਵਿੱਚ ਆਪਣਾ ਬੱਚਾ ਦੋ ਕੁੜੀਆਂ, ਇੱਕ ਮੁੰਡਾ ਮੇਰੀ ਜਵਾਨ ਕੁੜੀਆਂ ਨੇ ਦੋ, ਮੈਂ ਉਹਨਾਂ ਨਾਲ ਵਿੱਚ ਟਾਈਮ ਪਾਸ ਕਰ ਰਿਹਾ ਜੀ ਉਹਦੇ। ਤੁਸੀਂ ਕੀ ਕੰਮ ਕਰਦੇ ਹੋ? ਮੈਂ ਦਿਹਾੜੀ ਕਰਦਾ ਜੀ ਮਿਸਤਰੀਆਂ ਨਾਲ। ਮਿਸਤਰੀਆਂ ਨਾਲ? ਹਾਂਜੀ। ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਹੁਣ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਪੁਲਿਸ ਨੇ ਜੀ ਦੇਖੋ ਸਾਡੇ 'ਤੇ ਇਲਜ਼ਾਮ ਲਾਇਆ, ਹੁਣ ਸਾਨੂੰ ਕਹਿੰਦੇ ਸਾਡੇ 'ਤੇ ਪਰਚਾ ਬਣਾਤਾ ਜੀ, ਮੰਨ ਲਓ ਸਰ ਅਸੀਂ ਉਹ ਰਿਪੋਰਟ ਲਿਖਾਈ, ਹੁਣ ਉਲਟਾ ਜੇ ਅਸੀਂ ਕੋਈ ਗੁਨਾਹ ਵੀ ਨਹੀਂ ਕੀਤਾ, ਨਾ ਅਸੀਂ ਮਾਤਾ ਨੂੰ ਕਿਹਾ ਨਾ ਕਿਸੇ ਨੂੰ, ਅਸੀਂ ਤਾਂ ਕੋਈ ਗੱਲਬਾਤ ਵੀ ਨਹੀਂ ਕੀਤਾ, ਅਸੀਂ ਚੌਂਕੀ ਵਿੱਚ ਬੰਦ ਸੀ, ਉਹੀ ਪੁਲਿਸ ਵਾਲੇ ਕਹਿੰਦੇ ਤੁਸੀਂ ਆਪਣੀ ਮਾਤਾ ਨੂੰ ਮਾਰਿਆ ਕੁੱਟਿਆ ਜੀ, ਅਤੇ ਅਸੀਂ ਪੁਲਿਸ ਵਾਲੇ ਵੀ ਇਹੀ ਕਿਹਾ ਮਹਾਰਾਜ ਅਸੀਂ ਤਾਂ ਤੁਹਾਡੇ ਥਾਣੇ ਵਿੱਚ ਬੰਦ ਸੀ, ਅਸੀਂ ਕਿਵੇਂ ਮਾਰ ਕੁੱਟ ਸਕਦੇ? ਮੰਨ ਲਓ ਕੋਈ ਬੰਦਾ ਹੈਗਾ, ਮੰਨ ਲਓ ਜੇ ਕਹਿੰਦੇ ਵੀ ਪੁਲਿਸ ਚੌਂਕੀ ਜਾਂ ਕਿਤੇ ਘਰ ਬੰਦੇ, ਮੰਨ ਲਓ ਹੁਣ ਮੈਂ ਤੁਹਾਡੇ ਨਾਲ ਇੱਥੇ ਖੜ੍ਹਾ ਹੈਗਾ, ਹੁਣ ਮੈਂ ਕਿਸੇ ਨੂੰ ਬਾਹਰ ਜਾ ਕੇ ਕਿਵੇਂ ਕੁੱਟਾਂ, ਮੈਂ ਤੁਹਾਡੇ ਕੋਲ ਮੌਜੂਦ ਹੈਗਾ ਤਾਂ ਹਾਲੇ ਜੇ ਉੱਥੇ ਕਹੀ ਮੈਨੂੰ ਇਹ ਮਾਰ ਕੁੱਟ ਗਏ, ਕਿਵੇਂ ਹੋ ਸਕਦਾ ਜੀ? ਨਹੀਂ ਹੁਣ ਮਾਤਾ ਕਹਿੰਦੀ ਹੈ ਮੈਨੂੰ ਮਾਰਿਆ ਕੁੱਟਿਆ, ਤੁਸੀਂ ਕਹਿੰਦੇ ਅਸੀਂ ਮਾਰਿਆ, ਤੇ ਇਹਦਾ ਕਿੱਦਾਂ ਸੱਚ ਸਾਬਤ ਸਾਡੇ ਸਾਹਮਣੇ ਆਊਗਾ? ਇਹ ਸਾਬਤ ਤਾਂ ਦੇਖੋ ਮਹਾਰਾਜ ਜੀ, ਜੇ ਕਹੇ ਨਾ ਤੁਸੀਂ ਆਹ ਸਾਡੇ ਗੁਆਂਢ ਹੈਗੇ, ਬਾਕੀ ਸਾਡੇ ਸਰਪੰਚ ਸਾਹਿਬ ਹੈਗੇ ਆ, ਜਿਸ ਗੱਲ ਦੀ ਤੁਸੀਂ ਮੈਂ ਚਲੋ ਇੱਥੇ ਤਾਂ ਮੈਂ ਇਕੱਲਾ ਹੈਗਾ ਜੀ, ਮੰਨ ਲਓ ਸਾਡਾ ਪਿੰਡ ਹੈਗਾ ਪੂਰਾ, ਉਹ ਇਸ ਗੱਲ ਦੀ ਗਵਾਹੀ ਸਾਡਾ ਪਿੰਡ ਦੀ ਪੂਰੀ ਦੇ, ਸਰਪੰਚ ਸਾਹਿਬ ਜਾਂ ਪੰਚ ਹੋ ਕੋਈ ਵੀ, ਇਹ ਸਾਡੀ ਮਾਤਾ ਜੀ ਦੇ ਬਾਰੇ ਤਾਂ ਸਭ ਕੁਝ ਉਹ ਵੀ ਦੱਸ ਸਕਦੇ ਨੇ ਵੀ ਕਿੱਦਾਂ ਦੇ ਕੇ ਕਿੱਦਾਂ ਦੇ ਨਹੀਂ। ਇਹ ਗੱਲ ਪੁਲਿਸ ਵਾਲੇ ਨੂੰ ਵੀ ਪਤਾ, ਜਿਹੜੇ ਸਾਡੇ ਘਨੌਲੀ ਵਾਲੇ ਗਏ ਨਾ, ਸਭ ਵੀ ਪਤਾ, ਸਾਲ ਡੇਢ ਸਾਲ ਹੋ ਗਿਆ ਜਾਂ ਇਹੀ ਕੀਤਾ ਜਾਂਦਾ ਜੀ। ਅਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਡੇ ਨਾਲ ਧੱਕਾ ਹੋਇਆ? ਇਹ ਸਾਡੇ ਨਾਲ ਬਹੁਤ ਧੱਕਾ ਹੋਇਆ, ਦੇਖੋ ਜੀ ਮਹਾਰਾਜ ਅਸੀਂ ਬੱਚੇ ਲੈ ਕੇ ਪਾਏ, ਅਸੀਂ ਤਾਂ ਸਗੋਂ ਕੁਛ ਕਹਿੰਦੇ ਵੀ ਨਹੀਂ, ਕੋਈ ਗੁਆਂਢ ਵੀ ਮੈਨੂੰ ਕਹਿੰਦੇ, ਮੇਰਾ ਭਾਈ ਵੀ ਮੈਨੂੰ ਕਹਿੰਦੇ, ਹਾਂ ਵੀ ਤੁਸੀਂ ਇਹਨੂੰ ਕੋਈ ਬੇਲਾਉਜ ਵੀ ਕਦੇ ਕਿਹਾ, ਸਾਡੇ ਬੱਚੇ ਵੀ ਕਿਸੇ ਨੂੰ ਬੁੜੀ ਨੂੰ ਕਿਹਾ, ਸਾਡੇ ਆਪਣੇ ਮਾਰਦੇ ਕੁੱਟਦੇ ਆ, ਕੁਛ ਵੀ ਕਰਦੇ, ਕੋਈ ਇਹੋ ਜਿਹਾ ਉਹ ਨਹੀਂ ਹੈਗਾ, ਇਹ ਸਾਡੀ ਮਾਤਾ ਜੋ ਵੀ ਕਰਦੀ ਸਭ ਨਜਾਇਜ਼ ਕਰਦੀ ਸਾਡੇ ਨਾਲ।
ਦੋਨਾਂ ਦਾ ਗੱਲ ਸੁਣਨੀ ਚਾਹੀਦੀ ਸੀ ਇਹਦਾ ਸਾਥ ਨਹੀਂ ਦਿੱਤਾ ਪੁਲਿਸ ਨੇ ਸਾਡੇ ਮੰਮੀ ਦਾ ਵੀ ਇਹਨਾਂ ਨੇ ਮੈਨੂੰ ਮੰਮੀ ਦਾ ਸਾਥ ਨਹੀਂ ਦਿੱਤਾ ਹਾਂਜੀ ਵੀ ਇਹਨਾਂ ਨੂੰ ਮਾਰਿਆ ਕੁੱਟਿਆ ਸੀਗਾ ਵੀ ਜੋ ਵੀ ਗੱਲ ਹੋਈ ਤੇ ਉਹਨਾਂ ਨੇ ਅਸੀਂ ਵਾਪਸ ਘਰ ਆ ਗਏ ਜੀ ਤੇ ਅਸੀਂ ਪਾਣੀ ਪੂਣੀ ਪੀਤਾ ਵੀ ਮੰਮੀ ਦਾ ਦਿਲ ਘਬਰਾ ਕੇ ਬੀਪੀ ਘੱਟ ਰਿਹਾ ਸੀਗਾ ਜੀ ਤੇ ਮੈਂ ਸੀ ਚਲੋ ਮੰਮੀ ਦਵਾਈ ਲੈ ਆਉਂਦੇ ਜਾ ਕੇ ਤੇ ਮੈਂ ਮੰਮੀ ਨੂੰ ਲੈ ਕੇ ਜਾ ਰਿਹਾ ਸੀਗਾ ਜੀ ਤੇ ਆਪਣੇ ਉਹ ਥੋੜ੍ਹੀ ਦੂਰ ਤੇ ਕੱਚੇ ਰਸਤੇ ਦੇ ਵਿੱਚ ਹੀ ਮੰਮਾ ਨੂੰ ਮੇਰੇ ਘਰੇ ਫੜ ਕੇ ਬੈਠੇ ਸੀਗੇ ਜੀ ਤੇ ਗਿਰਨਾ ਪਰ ਇੰਨੇ 'ਚ ਹੀ ਮੰਮੀ ਨੇ ਗੁੱਸੇ ਦੇ ਵਿੱਚ ਆ ਕੇ ਛਾਲ ਮਾਰਤੀ ਜੀ ਮੋਟਰਸਾਈਕਲ ਤੋਂ ਜੀ ਅੱਛਾ ਤੇ ਮੰਮੀ ਦੇ ਜਿਹੜੀ ਸੱਟ ਵੱਜੀ ਉਹ ਗਿਰਨ ਦੇ ਕਾਰਨ ਹੀ ਸੱਟ ਵੱਜੀ ਕਿੱਥੇ ਸੱਟ ਵੱਜੀ ਜਿਹੜੀ ਉਹਨਾਂ ਦੇ ਸਿਰ 'ਚ ਵੱਜੀ ਹੈ ਜੀ ਸਾਈਡ ਤੇ ਸਿਰ ਦੇ ਵਿੱਚ ਹਾਂਜੀ ਤੇ ਬਾਹਾਂ ਤੇ ਸੱਟ ਵੱਜੀ ਹੋਈ ਹੈ ਜੀ ਉਹਨਾਂ ਦੇ ਤੇ ਉਹ ਜਿਹੜੀ ਕੁੱਟਮਾਰ ਕਹਿ ਰਹੀ ਹੈ ਮਾਤਾ ਵੀਰ ਨੇ ਕੁੱਟਮਾਰ ਕੀਤੀ ਹੈ ਉਹ ਕੁੱਟਮਾਰ ਨਹੀਂ ਹੋਈ ਕੋਈ ਕੁੱਟਮਾਰ ਨਹੀਂ ਹੋਈ ਹੈਗੀ ਕੋਈ ਉਹਨੇ ਵੀ ਚਲੋ ਗਾਲ ਗਲੋਚ ਹੋਈ ਹੋਣੀ ਜੋ ਹੋਈ ਹੋਣੀ ਉਹਦਾ ਸਾਨੂੰ ਕੋਈ ਪਤਾ ਨਹੀਂ ਹੈ ਜੀ ਉਸ ਚੀਜ਼ ਦਾ ਨਹੀਂ ਮਤਲਬ ਤੁਸੀਂ ਰੋਟੀ ਦਿੰਦੇ ਨਹੀਂ ਆਪਣੀ ਮਾਤਾ ਨੂੰ ਮਾਤਾ ਜੀ ਰੋਟੀ ਦਾ ਕਦੇ ਕਿਸੇ ਨਾਲ ਖਾਂਦੀ ਜੀ ਕਦੇ ਕਿਸੇ ਨਾਲ ਕਿਉਂਕਿ ਗੁੱਸੇ ਦੇ ਜ਼ਿਆਦਾ ਉਹ ਕਹਿੰਦੀ ਮੈਨੂੰ ਰੋਟੀ ਨਹੀਂ ਦਿੰਦੇ ਦੋਨੇ ਪੁੱਤ ਨਹੀਂ ਉਹ ਆਪਣੀ ਮਰਜ਼ੀ ਨਾਲ ਖਾਂਦੇ ਬਣਾਉਂਦੇ ਆ ਜੀ ਉਹ ਕੁੜੀ ਨਾਲ ਰੋਟੀ ਖਾਂਦੇ ਪੀਂਦੇ ਆ ਆਪਣੇ ਸਾਡੇ ਨਾਲ ਉਹ ਰੋਟੀ ਖਾਂਦੇ ਨਹੀਂ ਆ ਜੀ ਆਹ ਘਰ ਕਿਹਦਾ ਬਣ ਰਿਹਾ ਇਹਦਾ ਪਿੱਛੇ ਇਹ ਮੇਰਾ ਜੀ ਮੈਂ ਬਣਾ ਰਿਹਾ ਜੀ ਫਿਰ ਮਾਤਾ ਵਾਸਤੇ ਕਿਉਂ ਨਹੀਂ ਬਣਾਇਆ ਆਪਣਾ ਤਾਂ ਘਰ ਬਣਾ ਰਿਹਾ ਮਾਤਾ ਦਾ ਹੈਗਾ ਜੀ ਮੈਂ ਦੋ ਕਮਰੇ ਮਾਤਾ ਨੂੰ ਦਿੱਤੇ ਉਹ ਤਾਂ ਸਾਡਾ ਭਰਾ ਕਹਿੰਦਾ ਢਾਲ ਦੇਣਾ ਸੀ ਆਪਣਾ ਬਣਾਉਣਾ ਨਹੀਂ ਉਹ ਕਹਿੰਦਾ ਵੀ ਤੁਸੀਂ ਆਪਣੇ 'ਚ ਰਹੋ ਉਹਨੂੰ ਉਹਦਾ ਵੀ ਪਲਾਟ ਹੈਗਾ ਜੀ ਅਸੀਂ ਉਹਨੂੰ ਲੜਾਈ ਨਹੀਂ ਚਾਹੁੰਦੇ ਅਸੀਂ ਉਹਨੂੰ ਬਣਾ ਕੇ ਦਊਂਗੇ ਤੁਸੀਂ ਵੀ ਉਹਦੀ ਲੜਾਈ ਮੁੱਕੇ ਉਹਨੂੰ ਵੀ ਬਣਾ ਕੇ ਦਊਂਗੇ ਹਿੱਸੇ 'ਚ ਜਗ੍ਹਾ ਹੈਗੀ ਜੀ ਬਣਿਆ ਹੋਇਆ ਮਕਾਨ ਹੈਗਾ ਜੀ ਹੁਣ ਉਹਦੇ ਕੋਲ ਜਗ੍ਹਾ ਬਣੀ ਹੋਈ ਉਹਨਾਂ ਜਗ੍ਹਾ ਮਿਲੂਗੀ ਜੀ ਉਹਨਾਂ ਇਹਨਾਂ ਦਾ ਹਿੱਸਾ ਉਹਦੇ ਕਮਰੇ 'ਚ ਘੱਟੋ ਦੋ ਤਿੰਨ ਫੁੱਟ ਉਹਨਾਂ 4 ਫੁੱਟ ਉਹਨਾਂ ਦੇ ਘਰ 'ਚ 4 ਫੁੱਟ 'ਚ ਰਹੂਗੀ ਉਹ ਨਹੀਂ ਜੀ ਉਹਨਾਂ ਨੂੰ ਕਮਰਾ ਪੂਰਾ ਹੈ ਜੀ ਉਹਨਾਂ ਦਾ ਕਮਰਾ ਪੂਰਾ ਹੀ ਹੈ ਜੀ ਉਹਨੇ ਕਮਰੇ 'ਚ ਕੋਈ ਉਹ ਨਹੀਂ ਹੋਏਗਾ ਜੀ ਉਹਨਾਂ ਦੀ ਪੂਰੀ ਜਗ੍ਹਾ ਪੂਰੀ ਦਵਾਂਗੇ ਜਿਹੜੀ ਉਹਨਾਂ ਜਗ੍ਹਾ ਹੈਗੀ ਰਹਿਣ ਦੇ ਲਈ ਪੂਰੀ ਜਗ੍ਹਾ ਪੂਰੇ ਪਲਾਟ 'ਚ 4 ਕਮਰੇ ਆ ਰਹੇ ਆ ਜੀ ਉਹਨਾਂ ਦੇ ਹਿੱਸੇ ਅਸੀਂ ਚਾਰੇ ਉਹਨਾਂ ਨੂੰ ਆਪਣਾ ਹਿੱਸਾ ਛੱਡ ਦਾਂਗੇ ਤੁਹਾਡੀ ਮਾਤਾ ਕਹਿੰਦੀ ਮੁੰਡੇ ਚੱਲਦੇ ਨਹੀਂ ਮੇਰੀ ਕੁੜੀ ਜਿਹੜੀ ਵਿਧਵਾ ਉਹਨੂੰ ਚੱਲਦੇ ਨਹੀਂ ਮੁੰਡੇ ਵੀਰੇ ਨਹੀਂ ਜੀ ਇਹ ਗਲਤ ਗੱਲ ਆ ਜੀ ਸਾਡੀ ਕੁੜੀ ਇਸ ਗੱਲ ਦੇ ਗਵਾਹ ਜੀ ਅੰਮੇ ਨਾਲ ਜਾਂਦੇ ਡਿਊਟੀ ਅਸੀਂ ਇਕੱਠੇ ਕੰਮ ਕਰਦੇ ਆ ਅੱਛਾ ਤੇ ਸੜਕ ਤੇ ਕਿਉਂ ਛੱਡ ਕੇ ਆ ਗਏ ਰਾਤ ਨੂੰ ਅਸੀਂ ਰਾਤ ਨਹੀਂ ਛੱਡ ਕੇ ਗਏ ਅਸੀਂ ਟਾਂਕੇ ਲਵਾ ਕੇ ਅਸੀਂ ਹਸਪੀਟਲ ਤੇ ਦੁਪਹਿਰੇ ਹੀ ਹਾਂ ਤੇ ਘਰ ਵੀ ਲੈ ਕੇ ਆ ਗਏ ਜੀ ਘਰ ਲੈ ਕੇ ਆ ਗਏ ਹਾਂਜੀ ਘਰ ਲੈ ਕੇ ਆ ਗਏ ਜੀ ਤੇ ਉਹ ਕਹਿੰਦੇ ਵੀ ਖਰਚਾ ਜ਼ਿਆਦਾ ਹੋਣਾ ਸਾਨੂੰ ਪੁਲਿਸ ਨੇ ਉੱਥੇ ਡਾਕਟਰ ਸਾਹਿਬ ਨੇ ਕਿਹਾ ਵੀ ਖਰਚਾ ਜ਼ਿਆਦਾ ਮੈਂ ਹਜੇ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਜੋ ਮੈਂ ਨਾ ਖਰਚਾ ਕਰ ਸਕਦਾ ਕਿਉਂਕਿ ਪੇਮੈਂਟ ਮੈਨੂੰ 10 ਤੋਂ ਬਾਅਦ ਪੇਮੈਂਟ ਮਿਲਦੀ ਹੈ ਜੋ ਮਿਲਦੀ ਹੈ ਜੀ ਇੰਨੀ ਗੱਲ ਜੇ ਮਾਤਾ ਆ ਕੇ ਗੁੱਸੇ ਹੋ ਗਈ ਵੀ ਤੁਸੀਂ ਇਹਨਾਂ ਨੂੰ ਬੋਲੇ ਕਿਉਂ ਨਹੀਂ ਕਿਉਂਕਿ ਚੌਂਕੀ ਤੋਂ ਇਹ ਆ ਗਏ ਸੀਗੇ ਜੀ ਤੇ ਅਸੀਂ ਵੀ ਆ ਗਏ ਸੀਗੇ ਜੀ ਤੇ ਕਹਿੰਦੇ ਮੇਰੇ ਨਾਲ ਬੋਲੇ ਕਿਉਂ ਨਹੀਂ ਸ਼ਾਮ ਤੱਕ ਇਹੀ ਝਗੜਾ ਰਿਹਾ ਘਰ 'ਚ ਮੈਂ ਕਿਹਾ ਚੱਲ ਹੁਣ ਲੜਨ ਦਾ ਕੋਈ ਫਾਇਦਾ ਨਹੀਂ ਹੈਗਾ ਵੀ ਜੇ ਕੋਈ ਫਾਇਦਾ ਨਹੀਂ ਉਹਨਾਂ ਨੇ ਇਹੀ ਗੁੱਸੇ ਦੇ ਵਿੱਚ ਸ਼ਾਮੀ ਆਪਣੇ ਕਈ ਕਿਸ ਟਾਈਮ ਚਲੇ ਗਏ ਨਹੀਂ ਚੱਲ ਗਏ ਤੁਸੀਂ ਲੱਭਣ ਦੀ ਕੋਸ਼ਿਸ਼ ਨਹੀਂ ਅਸੀਂ ਲੱਭਿਆ ਜੀ ਅਜੇ ਇਹ ਨਹੀਂ ਪਤਾ ਵੀ ਲੱਭਿਆ ਜੀ ਪੂਰੀ ਨਹਿਰ ਲੱਭ ਲਈ ਜੀ ਜਦ ਫੋਨ ਕਿਉਂ ਨਹੀਂ ਕਰਿਆ ਪੁਲਿਸ ਨੂੰ ਕਿਉਂ ਨਹੀਂ ਫੋਨ ਕਰਕੇ ਪੁੱਛਿਆ ਵੀ ਸਾਡੀ ਮਾਤਾ ਖੋ ਗਈ ਆ ਹੁਣ ਅਸੀਂ ਜੀ ਇਸ ਗੱਲ ਤੇ ਇੰਨਾ ਦਿਮਾਗ 'ਚ ਗੱਲ ਨਹੀਂ ਲਿਆ ਜਿਸ ਤੇ ਆਪੇ ਲੱਭਣ ਲੱਗੇ ਵੀ ਜਦੋਂ ਲੜਾਈ ਝਗੜਾ ਹੁੰਦਾ ਉਦੋਂ ਫਟਾਫਟ 100 ਨੰਬਰ ਤੇ ਫੋਨ ਕਰ ਦਿੰਦੇ ਜਦੋਂ ਮਾਂ ਗੁੰਮ ਗਈ ਉਦੋਂ ਨਹੀਂ ਕੀਤਾ ਨਹੀਂ ਜੀ ਮੈਂ ਅੱਜ ਤੱਕ ਕਦੇ ਫੋਨ ਨਹੀਂ ਚੌਂਕੀ 'ਚ ਵਿੱਚ ਕਰਿਆ ਹੈਗਾ ਜੀ ਅੱਛਾ ਮੈਂ ਕਦੇ ਚੌਂਕੀ 'ਚ ਕਦੇ ਨਹੀਂ ਗਿਆ ਜੀ ਪਰ ਇਹਨਾਂ ਨੇ ਜੋ ਵੀ ਕਰਦੇ ਇਹਨਾਂ ਨੇ ਰਿਪੋਰਟ ਕਰਦੇ ਮੈਂ ਕਦੇ ਰਿਪੋਰਟ ਅਜੇ ਤੱਕ ਨਹੀਂ ਕਰੀ ਤੇ ਜਦੋਂ ਰਾਤ ਤੁਹਾਨੂੰ ਦੱਸਤਾ ਵੀ ਤੁਹਾਡੀ ਮਾਂ ਹਸਪੀਟਲ ਦੇ ਵਿੱਚ ਆ ਪੁਲਿਸ ਵਾਲਿਆਂ ਨੇ 11 12 ਵਜੇ ਦੱਸਿਆ ਤੇ ਸਵੇਰ ਦਾ ਕਿਉਂ ਨਹੀਂ ਗਏ ਤੁਸੀਂ ਉਹਦੇ ਕੋਲ ਨਿਕਲੇ ਹੋਈ ਚੌਂਕੀ ਚੋਂ ਆਏ ਆ ਜੀ ਪਹਿਲਾਂ ਰੋਪੜ ਬੈਠੇ ਰਹੀ ਲਿਆ ਕੇ ਬਿਠਾ ਕੇ ਰੱਖਿਆ ਹੁਣ ਫਿਰ ਘਨੌਲੀ ਬੈਠੇ ਖੜੋ 2-3 ਘੰਟੇ ਅਸੀਂ ਰੋਪੜ ਬੈਠੇ ਰਹੀ ਫਿਰ ਘਨੌਲੀ ਬੈਠੇ ਰਹੀ ਹੁਣ ਤੁਹਾਡੇ ਸਾਹਮਣੇ ਆਏ ਰਹੇ ਜੀ ਅਸੀਂ ਉੱਥੇ ਤੇ ਹੁਣ ਜਾ ਰਹੇ ਹਾਂ ਮਾਤਾ ਕੋਲ ਹਾਂਜੀ ਮਾਤਾ ਕੋਲ ਜਾਣਾ ਹੀ ਪੈਣਾ ਜੀ ਮੈਨੂੰ ਤਾਂ ਸੱਜਿਆ ਫੋਨ ਨਹੀਂ ਹੈਗਾ ਮੈਂ ਫੋਨ 'ਚ ਸਾਰੀ ਰਿਕਾਰਡਿੰਗ ਕੀਤੀ ਹੋਈ ਆ 15 ਦਿਨ ਤੋਂ ਅੱਜ ਸਾਨੂੰ ਪਰੇਸ਼ਾਨ ਕਰਦੇ ਨੇ ਹੋ ਕੇ ਮੈਂ ਜਿੱਦਾਂ ਹੀ ਬੋਲਦੀ ਸੀ ਮੈਂ ਰਿਕਾਰਡਿੰਗ 'ਤੇ ਲਾ ਦਿੰਦੀ ਸੀ ਕਿਉਂਕਿ ਪਹਿਲਾਂ ਵੀ ਸਾਨੂੰ ਐਡੀ ਡਰਾ ਦਿੰਦੀ ਸੀ ਮੈਂ ਮਰਨ ਚੱਲੀ ਮੈਂ ਤੁਹਾਨੂੰ ਫਸਾ ਦੂੰਗੀ ਅਸੀਂ ਸੋਚਿਆ ਉੱਦਾਂ ਹੀ ਕਰਦੇ ਆ 2-3 ਵਾਰੀ ਇੱਥੇ ਫੜ ਕੇ ਲਿਆਏ ਆ ਰਾਤ ਨੂੰ ਕੰਧ ਟੱਪ ਕੇ ਚਲੇ ਜਾਂਦੀ ਸੀਗੀ ਅਸੀਂ ਇਹਨੂੰ ਲਿਆਉਂਦੇ ਸੀਗੇ 22 ਸਾਲ ਇੱਦਾਂ ਹੀ ਕੱਟਿਆ ਹੁਣ ਮੇਰੀ ਬੇਟੀਆਂ ਜਵਾਨ ਹੋ ਗਈਆਂ ਵਾ ਇਹਨਾਂ ਦੀ ਕੁੜੀ ਆ ਉਹਨੇ ਵਿਆਹ ਕੀਤਾ ਹੋਇਆ ਵਾ ਦੂਜੇ ਬੰਦੇ ਨਾਲ ਕਹਿੰਦੀ ਮੈਂ ਵਿਆਹ ਨਹੀਂ ਕੀਤਾ ਮੈਂ ਵਿਧਵਾ ਆ ਵਿਧਵਾ ਨਹੀਂ ਹੈਗੀ ਉਹਨੇ ਵਿਆਹ ਕੀਤਾ ਹੋਇਆ ਬੰਦਾ ਆਉਂਦਾ ਆ ਅਸੀਂ ਕਹਿੰਦੇ ਮੇਰੇ ਬੱਚੇ ਬਰਾਬਰ ਨੇ ਮੇਰੇ ਬੱਚਿਆਂ 'ਤੇ ਕੀ ਅਸਰ ਪਊਗਾ ਅਸੀਂ ਇਹਨਾਂ ਨੂੰ ਸਮਝਾਉਂਦੇ ਇੰਨਾ ਟਾਈਮ ਲੱਗ ਗਿਆ ਮੇਰੀ ਬੀਬੀ ਕਹਿੰਦੀ ਜਿਹੜਾ ਰਸਤੇ ਮੇਰੀ ਕੁੜੀ ਚੱਲੀ ਉਹੀ ਰਸਤੇ ਤੇਰੇ ਬੱਚਿਆਂ ਨੂੰ ਵੀ ਲਾਉਂਗੀ ਮੇਰੇ ਬੱਚੇ ਨਹੀਂ ਚੱਲਦੇ ਹੈਗੇ ਇਹਨਾਂ ਨੇ ਸਾਡੇ ਨਾਲ ਮਾਰ ਕਟਾਈ ਕਰਨੀ ਸ਼ੁਰੂ ਕਰ ਦਿੱਤੇ ਹੈਗੇ ਤੇ ਕੱਲ ਦਾ ਝਗੜਾ ਕੀ ਹੋਇਆ ਕੱਲ ਦੀ ਝਗੜਾ ਜਿਹੜਾ ਰਾਤ ਵਾਲਾ ਕੱਲ ਦਾ ਕੀ ਗੱਲਬਾਤ ਕੱਲ ਉੱਥੇ ਸਾਡੇ ਸਕੂਟਰੀ ਖੜੀ ਸੀਗੀ ਅਸੀਂ ਉੱਧਰ ਬੈਠੇ ਰੋਟੀ ਖਾਂਦੇ ਪਏ ਸੀਗੇ ਕਹਿੰਦੇ ਆਪਣੀ ਸਕੂਟਰੀ ਚੱਕੋ ਬਾਹਰ ਖੜੀ ਕਰੋ ਇੱਥੇ ਨਹੀਂ ਖੜੀ ਕਰਨੀ
ਕਹਿੰਦੀ ਮੰਮਾ ਮੈਂ ਸਾਡੀ ਸਕੂਟਰੀ ਸੁੱਟੀ ਮੈਂ ਕਿਹਾ ਬੇਟੇ ਕੋਈ ਨਾ ਤੁਸੀਂ ਚੱਕ ਕੇ ਖੜੀ ਕਰ ਦਿਓ ਕਿਉਂਕਿ ਇਹ ਲੜਨ ਦੇ ਮੂਡ ਦੇ ਵਿੱਚ ਆਪਾਂ ਲੜਨਾ ਨਹੀਂ ਹੈਗਾ ਇਹਨੇ ਚੱਕੀ ਔਰ ਖੜੀ ਕਰਤੀ ਕਹਿੰਦੀ ਬੀਬੀ ਜੇ ਤੁਸੀਂ ਇੱਦਾਂ ਲੱਤ ਮਾਰੀਏ ਤੁਹਾਡੀ ਵੀ ਸਕੂਟਰੀ ਖੜੀ ਹੈ ਅਸੀਂ ਲੱਤ ਮਾਰੀਏ ਤੁਹਾਡਾ ਨੁਕਸਾਨ ਕਰੀਏ ਤੁਹਾਨੂੰ ਕਿੱਦਾਂ ਦਾ ਲੱਗੂਗਾ ਬਿਲਕੁਲ ਜੀ ਉਹਨਾਂ ਨੇ ਇੱਟ ਚੱਕੀ ਕੁੜੀ ਨੇ ਮਾਰੀ ਕਮਰੇ 'ਚ ਇੱਟ ਹਜੇ ਵੀ ਉਹਦੀ ਪਈ ਦੂਸਰੀ ਇੱਟ ਚੱਕੀ ਛੋਟੀ ਕੁੜੀ ਨੇ ਮਾਰੀ ਉਹਦੇ ਨੂਰਪੁਰ ਚੱਲੇ ਜੇ ਸੱਚੀ ਆ ਤਾਂ ਚੱਲੇ ਮੈਂ ਵੀ ਸੱਚੀ ਹੈਗੀ ਨਾ ਮੈਂ ਝੂਠੀ ਆਉਂਗੀ ਮੈਂ ਨਹੀਂ ਚੜੂੰਗੀ ਸੱਚੀ ਆਉਂਗੀ ਤਾਂ ਮੈਂ ਚੜੂੰਗੀ ਮਾਤਾ ਕਹਿੰਦੀ ਮੇਰੇ ਪਲਾਟ ਤੇ ਅੱਖ ਇਹਨਾਂ ਦੀ ਪਲਾਟ ਦੱਬਣਾ ਚਾਹੁੰਦੇ ਆ ਇਸ ਕਰਕੇ ਸੱਚੀ ਤੁਸੀਂ ਕਹਿੰਦੇ ਪਲਾਟ ਦੀ ਪਲਾਟ ਦਾ ਕਾਗਜ਼ ਪਿਆ ਉਹ ਸਾਡੇ ਕੋਲ ਤੁਸੀਂ ਦੇਖਣਾ ਚਾਹੁੰਦੇ ਹੋ ਮੈਂ ਹੁਣੇ ਦਿਖਾ ਦਿੰਦੀ ਹਾਂ ਸਾਡੇ ਪਲਾਟ ਤੇ ਇਹਨਾਂ ਨੇ ਕਮਰਾ ਬਣਾਇਆ ਹੋਇਆ ਵਾ ਨਹੀਂ ਮਾਤਾ ਤੁਸੀਂ ਪਹਿਲਾਂ ਆਏ ਕਿ ਮਾਤਾ ਪਹਿਲਾਂ ਆਈ ਆ ਨਹੀਂ ਮਾਤਾ ਪਹਿਲਾਂ ਆਈ ਆ ਨਹੀਂ ਉਹ ਜਿਹੜਾ ਪਲਾਟ ਆ ਨਾ ਉਹਨਾਂ ਦੇ ਨਾਮ ਤੇ ਆ ਕਿਹਨਾਂ ਦੇ ਉਹ ਸਾਡੇ ਘਰ ਦੇ ਆ ਉਹਨਾਂ ਨੇ ਖਰੀਦਿਆ ਹੋਇਆ ਮਾਤਾ ਦੇ ਘਰ ਦੇ ਹੀ ਆ ਖਰੀਦਿਆ ਆਪ ਉਹਨਾਂ ਨੇ ਉਹਨਾਂ ਨੇ ਖਰੀਦਿਆ ਹੋਇਆ ਅੱਛਾ ਆਪ ਖਰੀਦਿਆ ਹਾਂ ਉਹ ਆਪ ਖਰੀਦਿਆ ਤੇ ਜਿਹੜਾ ਪੁਰਾਣਾ ਪਲਾਟ ਸੀ ਤੁਹਾਡਾ ਮਾਪਿਆਂ ਦਾ ਉਹ ਕਿਹੜਾ ਹੈ ਉਹ ਵਾਲਾ ਦੂਜਾ ਹੈ ਅੱਛਾ ਉਹ ਦੂਜਾ ਹੈ ਉਹਦੇ 'ਚ ਵੀ ਘਰ ਬਣਿਆ ਹੋਇਆ ਉਹ 'ਚ ਵੀ ਘਰ ਬਣਿਆ ਉਹਦੇ 'ਚ ਵੀ ਘਰ ਬਣਿਆ ਉਹ 'ਚ ਹੀ ਬਣਿਆ ਹੋਇਆ ਉਹ 'ਚ ਹੀ ਪੰਜ ਹਿੱਸੇ ਅੱਛਾ ਉਹਦੇ 'ਚ ਵੀ ਰਹਿੰਦੇ ਸਾਰੇ ਜਣੇ ਉਹ ਹਾਂਜੀ ਹਾਂਜੀ ਸਾਰੇ ਨੇ ਉਹਦੇ 'ਚ ਰਹਿੰਦੇ ਉਹਦੇ 'ਚ ਹੀ ਰਹਿੰਦੇ ਅਸੀਂ ਓਕੇ ਸਾਰੇ ਜਣੇ ਉਹਦੇ ਅਸੀਂ ਨਹੀਂ ਮੰਗਦੇ ਹੈਗੇ ਕਿ ਸਾਨੂੰ ਹਿੱਸਾ ਦੇ ਦਿਓ ਪਰ ਅਸੀਂ ਇਹ ਕਹਿੰਦੇ ਜਿਹੜਾ ਸਾਡਾ ਪਲਾਟ ਹੈ ਸਾਨੂੰ ਦੇ ਦਿਓ ਮੈਂ ਆਪਣੇ ਬੱਚੇ ਕੱਲ੍ਹ ਨੂੰ ਵਿਆਹਣੀ ਮੈਂ ਵੀ ਤਾਂ ਵਿਆਹਣੀ ਹੈ ਅਸੀਂ ਮਕਾਨ ਬਣਾ ਲਾਂਗੇ ਆਈਟਾਂ ਲਿਆ ਕੇ ਰੱਖੀ ਆ ਵੀ ਅਸੀਂ ਕੰਧ ਖੜੀ ਕਰਕੇ ਜਿਹਦੇ ਕਲੇਸ਼ ਹੁੰਦਾ ਸਾਡੇ ਕਰਕੇ ਹੁੰਦਾ ਅਸੀਂ ਕੰਧ ਖੜੀ ਕਰ ਲਾਂਗੇ ਬਸ ਇੱਟਾਂ ਲਿਆ ਕੇ ਰੱਖੀਆਂ ਉਹ ਕਹਿੰਦੀ ਮੈਂ ਬਣਾ ਨਹੀਂ ਦਊਂਗੀ ਤੇ ਝਗੜਾ ਇਹੀ ਹੈ ਪਲਾਟ ਕਰਕੇ ਹੀ ਹੋ ਰਿਹਾ ਮੇਨ ਹਾਂਜੀ ਇਹੀ ਕਰਦੇ ਵੀ ਮੈਂ ਤੁਹਾਨੂੰ ਰਹਿਣ ਨਹੀਂ ਦੇਣਾ ਉਹਦੇ ਤੇ ਹੁਣ ਜਿਹੜਾ ਪੁਲਿਸ ਨੇ ਕਾਰਵਾਈ ਕੀਤੀ ਤੁਹਾਡੇ ਉੱਤੇ ਮਾਤਾ ਨੇ ਦੋਸ਼ ਲਾਏ ਆ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਸਰ ਜੀ ਠੀਕ ਹੈ ਜੋ ਉਹਨਾਂ ਨੇ ਦੋਸ਼ ਲਾਏ ਨਾ ਸਿਰ ਮੱਥੇ ਤੇ ਮਗਰ ਕਹਿੰਦੇ ਨੇ ਪਰਮਾਤਮਾ ਦੀ ਅਦਾਲਤ ਹੁੰਦੀ ਹੈ ਬਿਲਕੁਲ ਜੀ ਉਹ ਹੋਏਗੀ ਜ਼ਰੂਰ ਹੋਏਗੀ ਕਿਉਂਕਿ ਅੱਜ 22 ਸਾਲ ਤੋਂ ਸਾਨੂੰ ਇਹ ਦੁੱਖ ਦੇਖਦੇ ਆਉਂਦੇ ਆ ਕੋਈ ਗੱਲ ਨਹੀਂ ਹੁਣ ਤਾਂ ਹੋਰ ਵੀ ਦੇਖ ਲਾਂਗੇ ਮਗਰ ਪਤਾ ਨਹੀਂ ਹੁਣ ਅੱਗੇ ਕੀ ਹੋਊਗਾ